ਇਹ ਜੀ ਅਸੀਂ ਰੂਟੀਨ ਦੀ ਚੈਕਿੰਗ ਕਰ ਰਹੇ ਹਾਂ ਐਜ਼ ਅ ਪ੍ਰੀਵੈਂਟਿਵ ਮੈਜਰ, ਰੂਟੀਨ ਦੀ ਚੈਕਿੰਗ ਕਰ ਰਹੇ ਹਾਂ। ਹੋਰ ਸੁਸਾਇਟੀਜ਼ ਦੀ ਵੀ ਹੋਈ ਹੈ ਕਿ ਕੋਈ ਲੋਕ ਜਿਹੜੇ ਕੋਈ ਬਗੈਰ ਵੈਰੀਫਿਕੇਸ਼ਨ ਤੋਂ ਰਹਿ ਰਹੇ ਹੈ ਜਾਂ ਕਿਸੇ ਬਾਰੇ ਕੋਈ ਕੰਪਲੇਂਟ ਹੈ ਜਾਂ RWA ਨੇ ਕੋਈ ਕਿਸੇ ਨੂੰ ਕੀਤਾ ਹੈ ਕਿ ਇੱਥੇ ਕੋਈ ਮਾੜੇ ਅਨਸਰ ਰਹਿੰਦੇ, ਉਹਨਾਂ ਦੀ ਅਸੀਂ ਰੂਟੀਨ 'ਚ ਚੈਕਿੰਗ ਕਰ ਰਹੇ ਹਾਂ। ਵੈਰੀਫਿਕੇਸ਼ਨ ਤੋਂ ਸਾਨੂੰ ਦੋ ਤਿੰਨਾਂ 'ਤੇ ਸੀਗਾ ਕਿ ਇਹਨਾਂ ਡਾਕੂਮੈਂਟਸ ਨਹੀਂ ਸੀਗੇ, ਬਟ ਉਹਨਾਂ ਨੂੰ ਅਸੀਂ ਨੋਟਿਸ ਦਿੱਤਾ। ਉਹ ਕਈ ਕਹਿੰਦੇ ਕਿ ਸਾਡੀ ਵੈਰੀਫਿਕੇਸ਼ਨ ਹੋਈ ਹੋਈ ਹੈ ਪਰ ਉਹਨਾਂ ਕੋਲ ਹਾਲੇ ਡਾਕੂਮੈਂਟਸ ਅਵੇਲੇਬਲ ਨਹੀਂ ਸੀਗੇ। ਅਸੀਂ ਉਹਨਾਂ ਨੂੰ ਇੱਕ ਓਪਰਚੁਨਿਟੀ ਦੇ ਰਹੇ ਹਾਂ, ਉਹ ਸਵੇਰ ਤੱਕ ਸਾਡੇ ਕੋਲ ਡਾਕੂਮੈਂਟਸ ਲੈ ਆਉਣਗੇ। ਸਰਵੈਂਟਸ ਇੱਥੇ ਜਿਵੇਂ ਅਸੀਂ ਓਬਜ਼ਰਵ ਕੀਤਾ, ਇੱਥੇ ਜ਼ਿਆਦਾਤਰ ਲੋਕਾਂ ਦੇ ਪਰਮਾਨੈਂਟਲੀ ਨਹੀਂ ਰਹਿੰਦੇ। ਇਹ ਵੈਸੇ ਅਸੀਂ, ਮੈਂ ਕੱਲ੍ਹ ਵੀ RWA ਨਾਲ ਮੀਟਿੰਗ ਕੀਤੀ ਸੀ, ਉਦੋਂ ਮੈਂ ਇਹਨਾਂ ਤੋਂ ਇੱਕ ਲਿਸਟ ਮੰਗੀ ਹੈ ਅਤੇ ਮੈਂ ਇਹਨਾਂ ਨੂੰ ਕਿਹਾ ਕਿ ਆਪਣੇ ਲੈਵਲ 'ਤੇ ਇਹ ਹਫ਼ਤੇ ਕੁ ਦੇ ਵਿੱਚ ਸਾਰੇ ਕੋਈ ਸਰਵੈਂਟਸ ਦੀ ਵੈਰੀਫਿਕੇਸ਼ਨ ਕਰਾ ਲੈਣ। ਵੈਸੇ ਮੈਂ ਮੈਨੂੰ ਵਰਬਲੀ ਦੱਸਦੇ ਸੀਗੇ ਕਿ ਸਾਡੇ ਮੈਕਸੀਮਮ ਦੀ ਹੋਈ ਹੋਈ ਹੈ ਵੈਰੀਫਿਕੇਸ਼ਨ। ਅਸੀਂ ਜੀ ਦੇਖੋ ਰੂਟੀਨ 'ਚ ਸਾਰੇ ਥਾਂ ਹੀ ਕਰਾਂਗੇ, ਅਸੀਂ ਇਹ ਐਜ਼ ਅ ਪ੍ਰੀਵੈਂਟਿਵ ਮੈਜਰ ਹੈ। ਸਾਡੇ ਮਾਣਯੋਗ SSP ਸਾਹਿਬ ਨੇ ਇੱਕ ਡਰਾਈਵ ਸ਼ੁਰੂ ਕੀਤੀ ਹੋਈ ਹੈ, ਅਸੀਂ ਕੋਈ ਸੁਸਾਇਟੀਜ਼, ਕੋਈ ਦੁਕਾਨਾਂ ਉਹਦੀ ਅਸੀਂ ਮਤਲਬ ਰੈਂਡਮ ਚੈਕਿੰਗ ਕਰ ਰਹੇ ਹਾਂ। ਰੈਂਡਮ ਮਤਲਬ ਮਾਰਕੀਟਸ ਦੀ ਪਾਰਕਿੰਗ, ਇੱਥੇ ਤੱਕ ਕੋਈ ਅਬੈਂਡਨਡ ਵਹੀਕਲਸ ਖੜ੍ਹੇ ਨੇ ਕਈ ਵਾਰ, ਉਹ ਸਭ ਚੀਜ਼ਾਂ ਦੀ ਅਸੀਂ ਚੈਕਿੰਗ ਕਰ ਰਹੇ ਹਾਂ। ਕੋਈ FIR ਵਗੈਰਾ ਵੀ ਦਰਜ ਹੋਈ ਹੈ? ਨਹੀਂ ਜੀ, ਹਾਲ ਦੀ ਕੜੀ ਨਹੀਂ।